ਕਿਸਾਨ ਸਾਥੀਓ ਇੱਕ ਜਿਹੜਾ ਵਰਖਾ ਅੱਗੇ ਨੁਕਸਾਨ ਕਰ ਗਈ ਹੈ ਉਹ ਚਲੋ ਹੋ ਗਿਆ ਪਰ ਮਿਹਨਤੀ ਮੇਰੇ ਕਿਸਾਨ ਭਰਾ ਜਿਹੜੇ ਕਿ ਬੜੀ ਮਿਹਨਤ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਆਪਣੀ ਫਸਲ ਨੂੰ ਬਚਾਉਣ ਦੇ ਲਈ ਲੱਗੇ ਹੋਏ ਐ ਤੇ ਫਸਲ ਬਚ ਵੀ ਜਾਣੀ ਕੁਝ ਨਹੀਂ ਵਿਗੜਨਾ ਮਾੜੀ ਮੱਟੀ ਦਿੱਕਤਾਂ ਆਉਣਗੀਆਂ ਆਪਾਂ ਠੀਕ ਕਰ ਲਾਂਗੇ ਨਾਲ ਹੁਣ ਕਿਉਂਕਿ ਅਗਲੇ ਮੌਸਮ ਦੀ ਜਾਣਕਾਰੀ ਵੀ ਜ਼ਰੂਰੀ ਹੈ ਤਾਂ ਆਪਾਂ ਗੱਲ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੂਗਾ ਮੁੱਖ ਤੌਰ ਤੇ ਆਪਾਂ 15 ਜਨਵਰੀ 2021 ਤੱਕ ਦੀ ਗੱਲ ਕਰਾਂਗੇ ਆਪਾਂ ਨੂੰ ਇੱਕ ਸੰਭਾਵਨਾ ਬੰਦੀ ਸੀ ਕਿ ਲੋਹੜੀ ਦੇ ਨੇੜੇ ਵਰਖਾ ਹੋਏਗੀ ਪਰੰਤੂ ਖੁਸ਼ਖਬਰੀ ਇਹ ਕਿ ਲੋਹੜੀ ਦੇ ਨੇੜੇ ਵਰਖਾ ਨਹੀਂ ਹੋ ਰਹੀ ਵਰਖਾ ਕਾਫੀ ਲੇਟ ਚਲੀ ਗਈ ਹੈ 에ਅ ਡਿਸਟਰਬੈਂਸ ਪਿੱਛੇ ਹੈ ਤਾਂ ਤੁਹਾਡੇ ਕੋਲੇ ਇੱਕ ਵਧੀਆ ਟਾਈਮ ਕਿਰਾ ਬਚਿਆ ਹੋਇਆ ਹੈ ਠੀਕ ਹੈ ਤਾਂ ਇੱਕ ਚੀਜ਼ ਹੋਰ ਜਿਹੜੀ ਹੁਣ ਹੋ ਰਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀਗਾ ਕਿ ਜਿਵੇਂ ਪੱਛਮੀ ਡਿਸਟਰਬੈਂਸ ਅੱਗੇ ਚਲਾ ਜਾਂਦਾ ਹੈ ਨਾ ਜੇstra ਹੋਣ ਵਾਲਾ ਪੱਛਮੀ ਡਿਸਟਰਬੈਂਸ ਇਹ ਗਿਆ ਅੱਗੇ ਚਲਾ ਗਿਆ ਤੇ ਆਹ ਜਗ੍ਹਾ ਖਾਲੀ ਹੋ ਜਾਂਦੀ ਹੈ ਤਾਂ ਪੱਛਮੀ ਡਿਸਟਰਬੈਂਸ ਅੱਗੇ ਨਿਕਲਣ ਤੋਂ ਬਾਅਦ ਚ ਆਹ ਜਿਹੜੀਆਂ ਹਵਾ ਦਾ ਰੁਖ ਹੈ ਇਹ ਥੱਲੇ ਨੂੰ ਹੋ ਜਾਂਦਾ ਹੈ ਤਾਂ ਕਿਉਂਕਿ ਪਹਾੜਾਂ ਦੇ ਉੱਤੇ ਕਾਫੀ ਜ਼ਿਆਦਾ ਬਰਫਬਾਰੀ ਹੋਈ ਹੈ ਤਾਂ ਉਹ ਠੰਡੀ ਹਵਾ ਫੇਰ ਥੱਲੇ ਨੂੰ ਆਊਗੀ ਤਾਂ ਇਹਦੇ ਕਰਕੇ ਕਿਸਾਨ ਦੋਸਤੋ ਸ਼ੀਤ ਲਹਿਰ ਚੱਲੇਗੀ ਦੁਬਾਰਾ ਫੇਰ ਜਿਹੜੇ ਤਾਪਮਨ ਹੈਗੇ ਆ ਥੱਲੇ ਡਿੱਗ ਪਣਗੇ 10 ਡਿਗਰੀ ਤੋਂ ਥੱਲੇ ਡਿੱਗ ਪਣਗੇ ਤਾਂ 11 12 13 14 15 ਦੇ ਦਰਮਿਆਨ ਕਾਫੀ ਜ਼ਿਆਦਾ ਠੰਡ ਪਾਊਗੀ ਆਪਣਾ ਵਿਚਾਰ ਰੱਖੋ ਬਜ਼ੁਰਗਾਂ ਦਾ ਵਿਚਾਰ ਰੱਖੋ ਬੱਚਿਆਂ ਦਾ ਵਿਚਾਰ ਰੱਖੋ ਤੇ ਪਸ਼ੂਆਂ ਦਾ ਬਚਾ ਵੀ ਰੱਖੋ ਕਿਉਂਕਿ ਇੱਕਦਮ ਠੰਡ ਵਧੇਗੀ ਵਰਖਾ ਨਹੀਂ ਹੋਣੀ ਠੀਕ ਹੈ ਵਰਖਾ ਤੋਂ ਰਾਹਤ ਹੈ ਤਾਂ ਆਪਾਂ ਪਹਿਲਾਂ ਇਸ ਠੰਡ ਦੇ ਉੱਪਰ ਹੀ ਗੱਲ ਕਰ ਲਈਏ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੋਲਡ ਵੇਵ ਹੈ ਜਿਹੜੀ ਸ਼ੀਤ ਲਹਿਰ ਹੈ ਇਹ ਜਿਹੜੀ ਹੈਗੀ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਏਸ਼ਿਆਂ ਦੇ ਵਿੱਚ 12 ਤੋਂ ਲੈ ਕੇ 15 ਜਨਵਰੀ 2022 ਤੱਕ ਚੱਲੇਗੀ। ਗੰਗਾ ਨਗਰ ਹਰਮਾਨਗੜ੍ਹ ਦੇ ਨਾਲ ਤੇ ਲੱਗਦਾ ਬਾਕੀ ਉੱਤਰੀ ਰਾਜਸਥਾਨ ਦੇ ਵਿੱਚ 11 ਤੋਂ ਲੈ ਕੇ 13 ਜਨਵਰੀ ਤੱਕ ਚੱਲੇਗੀ। ਠੀਕ ਹੈ। ਕੋਲਡ ਡੇ ਕੰਡੀਸ਼ਨ ਸਾਡੇ ਇੱਥੇ ਨਹੀਂ ਹੋਣਗੀਆਂ। ਠੀਕ। ਤਾਂ ਇਹਦੇ ਨਾਲ ਨਾਲ ਜਿਹੜੀ ਹੈਗੀ ਹੈ ਧੁੰਦ। ਧੁੰਦ ਦੀ ਗੱਲ ਇਹ ਕਹੀ ਗਈ ਹੈ ਕਿ ਧੁੰਦ ਰਾਤ ਦੇ ਟਾਈਮ ਜਾਂ ਸਵੇਰ ਦੇ ਟਾਈਮ ਤਾਂਦ ਹੋਵੇਗੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਦੇ ਵਿੱਚ ਅਗਲੇ 4 ਤੋਂ 5 ਦਿਨਾਂ ਤੱਕ ਦੇ ਤੇ ਉੱਤਰੀ ਰਾਜਸਥਾਨ ਦੇ ਵਿੱਚ ਅਗਲੇ 3 ਦਿਨ ਤੱਕ ਜੇ ਤੁਸੀਂ ਹੁਣ ਇਹ ਦੇਖੋਗੇ ਤਾਂ ਆ ਜਿਹੜਾ ਥਰਮਾਮੀਟਰ ਜਿਹਾ ਦਿਖਾਇਆ ਇਹ ਨਾਲ ਮਾਈਨਸ ਇਹ ਦਿਖਾਉਂਦਾ ਹੈ ਕਿ ਠੀਤ ਲਹਿਰ ਚੱਲੇਗੀ ਤਾਂ ਠੀਤ ਲਹਿਰ ਦੇਖੋ ਪੰਜਾਬ ਰਾਜਸਥਾਨ ਚੰਡੀਗੜ੍ਹ ਗੰਗਾ ਨਗਰ ਹਨੂਮਾਨਗੜ੍ਹ ਹਰਿਆਣਾ ਇਹ ਸਾਰਾ ਏਰੀਆ ਦੇਖੋ 11 ਨੂੰ 12 ਨੂੰ ਠੀਕ ਹੈ 13 ਨੂੰ ਰਾਜਸਥਾਨ हट ਗਿਆ ਪੰਜਾਬ ਹੈ ਹਰਿਆਣਾ ਚੰਡੀਗੜ੍ਹ ਦਿੱਲੀ ਹੈ ਪਛਮੀ ਉੱਤਰ ਪ੍ਰਦੇਸ਼ ਵੀ हट ਗਿਆ ਤੇ 14 ਨੂੰ ਇਕੱਲਾ ਹਰਿਆਣਾ ਤੇ ਪੰਜਾਬ ਤੇ ਚੰਡੀਗੜ੍ਹ ਰਹਿ ਜਾਂਦਾ ਹੈ 15 ਨੂੰ ਜਿਹੜਾ ਹੈਗਾ ਫੇਰ ਇਕੱਲਾ ਪੰਜਾਬ ਤੇ ਹਰਿਆਣਾ ਤੱਕ ਸੀਮਤ ਹੈ ਹੁਣ ਇਹ ਜਿਹੜੀ ਅੱਖ ਦਾ ਨਿਸ਼ਾਨ ਹੈ 11 ਤਰੀਕ ਨੂੰ ਇਹ ਦਿਖਾਉਂਦਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ 11 ਤੇ 12 ਨੂੰ ਜਿਹੜਾ ਹੈਗਾ ਇੱਥੇ ਸੰਘਣੀ ਧੁੰਦ ਪੈ ਸਕਦੀ ਹੈ ਸਵੇਰ ਦੇ ਟਾਈਮ 13 ਨੂੰ ਹਰਿਆਣਾ ਦੇ ਵਿੱਚ ਤੇ ਪੰਜਾਬ ਤੇ ਚੰਡੀਗੜ੍ਹ ਦੇ ਸੰਗਣੀ ਧੁੰਦ ਪੈ ਸਕਦੀ ਹੈ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ 11 12 13 ਨੂੰ ਧੁੰਦ ਪੈ ਸਕਦੀ ਹੈ 14 ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਸੰਗਣੀ ਧੁੰਦ ਕਹਿ ਦਿੱਤੀ ਹੈ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਇੱਕ ਮਤਲਬ ਇਹ ਹੋ ਗਿਆ ਕਿ ਜਿਹੜੀ ਸੰਗਣੀ ਧੁੰਦ ਹੈਗੀ ਹੈ ਉਹ ਸਵੇਰ ਦੇ ਟਾਈਮ ਤੇ ਇਹਨਾਂ ਏਰੀਆ ਦੇ ਵਿੱਚ ਪਵੇਗੀ ਤਾਂ ਵਰਖਾ ਦਾ ਜੇਕਰ ਤੁਸੀਂ ਦੇਖਣਾ ਚਾਹੋਗੇ ਨੈਟ ਸ਼ੈਲ ਦੇ ਵਿੱਚ ਤਾਂ ਇਹ ਸਾਫ਼ ਤੇ ਸਪਸ਼ਟ ਕਹਿੰਦੇ ਹੈ ਕਿ ਪੱਛਮੀ ਰਾਜਸਥਾਨ ਖੁਸ਼ਕ ਪੰਜਾਬ ਖੁਸ਼ਕ ਹਰਿਆਣਾ ਚੰਡੀਗੜ੍ਹ ਦਿੱਲੀ ਖੁਸ਼ਕ ਉੱਤਰਾਖੰਡ ਦੇ ਵਿੱਚ ਕਿਉਂਕਿ ਅਜੇ ਪ੍ਰਾਣਾ ਪੱਛਮੀ ਡਿਸਰਬੈਂਸ ਦੇ ਕੁਝ ਹਿੱਸੇ ਬਚੇ ਐ ਤਾਂ ਉਹ 11 ਨੂੰ ਮਾੜੇ-ਮੋਢੇ ਵਰਖਾ ਕਰ ਸਕਦਾ ਹੈ ਪੱਛਮੀ ਉੱਤਰ ਪ੍ਰਦੇਸ਼ ਵੀ ਖੁਸ਼ਕ ਰਹੇਗਾ ਹੁਣ ਆਪਾਂ ਸਟੇਟ ਫੋਰਕਾਸਟ ਦੇਖ ਲਈਏ ਕਿ ਜ਼ਿਲੇ ਵਾਰ वार्निंग ਕੀ ਕੀ ਐ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਤਾਂ ਦੋਸਤੋ ਪੰਜਾਬ ਦੇ ਵਿੱਚ ਸਾਰੇ ਪੰਜਾਬ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਇੱਕ ਜਗ੍ਹਾ ਛੜਤੀ ਹੈ ਮਾਝਾ ਦੁਆਬਾ ਪੱਛਮੀ ਮਾਲਵਾ ਤੇ ਪੂਰਬੀ ਮਾਲਵਾ 11 ਤੇ 12 ਜਨਵਰੀ 2022 ਨੂੰ ਸ਼ੀਤ ਲਹਿਰ ਚੱਲਣ ਤੇ ਸੰਘਣੀ ਧੁੰਦ ਤੇ ਕਈ ਥਾਵਾਂ ਤੋਂ ਕਾਫੀ ਜ਼ਿਆਦਾ ਸੰਘਣੀ ਧੁੰਦ ਪੈਣ ਦੀ yellow warning ਹੈ 11 ਤੇ 12 ਨੂੰ ਧੁੰਦ ਜ਼ਿਆਦਾ ਹੋਏਗੀ 13 ਤਰੀਕ ਨੂੰ yellow warning ਹੈ ਸ਼ੀਤ ਲਹਿਰ ਹੈ ਲੇਕਿਨ ਸੰਘਣੀ ਧੁੰਦ ਹੈ 11 ਤੇ 12 ਨੂੰ ਕੀ ਹੈ ਸੰਘਣੀ ਤੋਂ ਵੀ ਜ਼ਿਆਦਾ ਸੰਘਣੀ ਧੁੰਦ 14 ਤਰੀਕ ਨੂੰ ਮਾਝਾ ਦੁਆਬਾ ਤੇ ਜਿਹੜਾ ਆਪਣਾ ਪੂਰਬੀ ਮਾਲਵਾ ਹੈ ਇੱਥੇ ਕੋਈ ਵਾਰਨਿੰਗ ਨਹੀਂ ਪੱਛਮੀ ਮਾਲਵਾ ਮਤਲਬ ਕਿ ਫਿਰੋਜ਼ਪੁਰ ਫਾਜ਼ਿਲਕਾ ਫਰੀਕੋਟ ਮਕਸਰ ਮੋਗਾ ਬਠਿੰਡਾ ਇੱਥੇ ਸ਼ੀਤ ਲਹਿਰ ਚੱਲਣ ਦੀ ਵਾਰਨਿੰਗ ਹੈਗੀ ਹੈ ਬਰਸਾਤ ਵਾਲੇ ਪਾਸਿਓਂ ਖੁਸ਼ਕ ਹੈ ਜੀ ਬਰਸਾਤ ਹਜੇ ਨਹੀਂ ਆਵੇਗੀ ਹਰਿਆਣਾ ਵੀ ਖੁਸ਼ਕ ਹੈ ਹੁਣ ਹਰਿਆਣਾ ਦੇ ਵਿੱਚ ਗੱਲ ਕਰੀਏ ਆਪਾਂ ਲਗਭਗ ਪੂਰਾ ਹੀ ਹਰਿਆਣੇ ਦੀ ਗੱਲ ਕਰਾਂਗੇ ਤਾਂ yellow warning ਹੈ ਪੂਰੇ ਹਰਿਆਣੇ ਦੇ ਵਿੱਚ ਪਹਿਲਾ ਆਪਾਂ ਕਰੀਏ ਉਤਰੀ ਹਰਿਆਣਾ ਦੇ ਵਿੱਚ 11 ਤੇ 12 ਨੂੰ ਸ਼ੀਤ ਲਹਿਰ ਚੱਲਣ ਦੀ ਤੇ ਕਾਫੀ ਜ਼ਿਆਦਾ ਸੰਘਣੀ ਧੁੰਦ ਪੈਣ ਦੀ warning ਹੈ 13 ਨੂੰ ਸੰਘਣੀ ਧੁੰਦ ਤੇ ਸ਼ੀਤ ਲਹਿਰ ਤੇ 14 ਨੂੰ ਕੱਲੀ ਸ਼ੀਤ ਲਹਿਰ 14 ਤਰੀਕ ਨੂੰ ਪੂਰੇ ਹੀ ਹਰਿਆਣਾ ਜਿਹੜੇ ਸ਼ੀਤ ਲਹਿਰ ਦੀ warning ਹੈ ਜਿਹੜਾ ਤੁਹਾਡਾ ਦੱਖਣੀ ਤੇ ਦੱਖਣ ਪੂਰਬੀ ਹਰਿਆਣਾ ਹੈ ਇੱਥੇ 11 12 ਨੂੰ ਸ਼ੀਤ ਲਹਿਰ ਤੇ ਸੰਘਣੀ ਧੁੰਦ ਤੇ 13 14 ਨੂੰ ਸ਼ੀਤ ਲਹਿਰ ਚੱਲਣ ਦੀ ਵਾਰਨਿੰਗ ਹੈ yellow ਪੱਛਮੀ ਤੇ ਦੱਖਣ ਪੱਛਮੀ ਹਰਿਆਣਾ ਜਿਹੜਾ ਜਿੱਥੇ सिरसा ਫਤਿਆਬਾਦ हिसार ਜੀਨ ਪਵਾਨੀ ਚੜਕੀ ਦਾਦਰੀ ਜ਼ਿਲ੍ਹੇ ਆਉਂਦੇ ਐ ਇੱਥੇ ਸੰਘਣੀ ਤੋਂ অতি ਸੰਘਣੀ ਧੁੰਦ 12 ਨੂੰ 11 ਨੂੰ ਸੰਘਣੀ ਧੁੰਦ ਤੇ 13 ਨੂੰ ਵੀ ਸੰਘਣੀ ਧੁੰਦ ਤੇ ਨਾਲ ਹੀ 11 12 13 ਤੇ 14 ਨੂੰ ਸ਼ੀਤ ਲਹਿਰ ਚੱਲਣ ਦੀ ਵਾਰਨਿੰਗ ਜਾਰੀ ਹੋਈ ਹੈ ਵਰਖਾ ਕਿਤੇ ਵੀ ਨਹੀਂ ਹੈਗੀ ਠੀਕ ਹੈ ਜਿਹੜਾ ਚੰਡੀਗੜ੍ਹ ਹੈਗਾ ਚੰਡੀਗੜ੍ਹ ਦੇ ਵਿੱਚ ਉਹੀ ਮੌਲ ਰਹੇਗਾ ਜਿਸ ਤਰ੍ਹਾਂ ਦਾ ਉੱਤਰੀ ਹਰਿਆਣੇ ਦੀ ਗੱਲ ਕੀਤੀ ਗਈ ਹੈ ਤਾਂ ਜ਼ਿਲ੍ਹੇਵਾਰ ਕੋਈ ਹੋਰ ਵਰਖਾ ਦੀ ਗੱਲ ਕਰਨ ਦੀ ਜਾਂ ਹੋਰ ਕੋਈ ਵਾਰਨਿੰਗ ਦੀ ਕੋਈ ਜ਼ਰੂਰਤ ਨਹੀਂ ਹੈ ਪੰਜਾਬ ਅਤੇ ਹਰਿਆਣਾ ਦੀ ਹੁਣ ਆਪਾਂ ਚੱਲਦੇ ਹਾਂ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਵਿੱਚ 11 ਤਰੀਕ ਨੂੰ orange color ਦੀ ਵਾਰਨਿੰਗ ਹੈ ਸ਼ੀਤ ਲਹਿਰ ਚੱਲਣ ਦੀ ਤੇ ਧੁੰਦ ਪੈਣ ਦੀ ਗੰਗਾ ਨਗਰ ਤੇ ਹਨੂਮਾਨਗੜ ਦੇ ਵਿੱਚ ਠੀਕ ਹੈ ਤੇ 12 ਨੂੰ ਸ਼ੀਟ ਲੈ ਤੇ ਉਹਦੀ ਯੈਲੋ ਕਲਰ ਦੀ ਵਾਰਨਿੰਗ ਹੈ 13 14 ਤੋਂ ਹਾਲਾਤ ਸੁਧਰਨ ਦੀ ਸੰਭਾਵਨਾ ਹੈ ਇਹਨਾਂ ਨੇ ਸਾਫ਼ ਕਿਹਾ ਹੈ ਹਨੂਮਾਨਗੜ੍ਹ ਸ਼੍ਰੀ ਗੰਗਾਨਗਰ ਜ਼ਿਲ੍ਹੋਂ ਵਿੱਚ ਕਈ ਕੀ ਪਰ ਘਨੇ ਸੇ ਅਤੀ ਘਨੇ ਕੋਰੇ ਔਰ ਸ਼ੀਤ ਲਹਿਰ ਦੀ ਸੰਭਾਵਨਾ 12 ਤਰੀਕ ਨੂੰ ਚੂਰੂ ਹਨੂਮਾਨਗੜ੍ਹ ਗੰਗਾਨਗਰ ਨਗੌਰ ਜ਼ਿਲ੍ਹੇ ਵਿੱਚ ਕਈ ਕੀ ਪਰ ਸ਼ੀਤ ਲਹਿਰ ਦੀ ਸੰਭਾਵਨਾ ਜੇਕਰ ਤੁਸੀਂ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਤਾਪਮਾਨ ਦੇਖਦੇ ਹੋ ਤਾਂ ਦੇਖੋ ਸੀਕਰ ਔਰ ਭੀਲਵਾੜਾ 4 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਲਾ ਗਿਆ ਹੈ ਪੱਛਮੀ ਰਾਜਸਥਾਨ ਮੇ 5 ਡਿਗਰੀ ਨਗੋਟ 5 ਡਿਗਰੀ ਸੈਂਟੀਗ੍ਰੇਡ ਜਿਹੜਾ ਤਾਪਮਨ ਹੋ ਗਿਆ ਤਾਂ ਤਾਪਮਨ ਕਾਫੀ ਜਰਾ ਡਿੱਗ ਚੁੱਕੇ ਹੈ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਦੋਸਤੋ ਜੰਮੂ ਦੀ ਜੰਮੂ ਦੇ ਵਿੱਚ ਤਾਪਮਨ ਜਿਹੜਾ ਹੈਗਾ 7 ਡਿਗਰੀ ਤੇ ਜਾ ਰਿਹਾ ਹੈ ਦਿਨ ਦਾ ਤਾਪਮਨ 20 ਤੇ ਹੈਗਾ ਤੇ ਮੌਸਮ ਇੱਥੇ ਵੀ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਪੱਛਮੀ ਉੱਤਰ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਪਾਰਾ ਦੁਆਰਾ ਤੋਂ ਡਿੱਗਣਾ ਸ਼ੁਰੂ ਹੋ ਗਿਆ ਹੈ ਤੇ ਪਾਰਾ ਜਿਹੜਾ ਹੈਗਾ 10 ਡਿਗਰੀ ਤੋਂ ਥੱਲੇ ਚਲਾ ਗਿਆ ਹੈ ਤਾ ਕਾਫੀ ਏਰੀਏ ਦੇ ਵਿੱਚ ਜਿਹੜਾ ਤਾਪਮਨ ਹੈਗਾ ਨੋਰਮਲ ਨਾਲੋਂ ਥੱਲੇ ਚੱਲ ਰਿਹਾ ਹੈ 11 12 ਅਤੇ 13 ਅਤੇ 14 ਨੂੰ ਕਾਫੀ ਯਾਰਾ ਸੰਘਣੀ ਧੁੰਦ ਪੈਣ ਤੇ ਨਾਲ ਸ਼ੀਤ ਰਹਿ ਚੱਲਣ ਦੀ ਜਿਹੜੀ ਵਾਰਨਿੰਗ ਹੈ ਉਹ ਜਾਰੀ ਕੀਤੀ ਗਈ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਲਈ ਵਰਖਾ ਨਹੀਂ ਹੋਏਗੀ ਮੌਸਮ ਇਸ ਸਮੇਂ ਜਿਹੜਾ ਹੈਗਾ ਖੁਸ਼ਕ ਬਣਿਆ